ਪਿਛਲੇ ਦਿਨੀ ਕੁਰੂਕਸ਼ੇਤਰ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਇੱਕ ਇਕੱਤਰਤਾ ਸੱਦੀ ਗਈ ਸੀ, ਜਿਸ ਦੇ ਵਿੱਚ ਕੁਝ ਸਿੱਖ ਮਸਲਿਆਂ ਦੇ ਉੱਪਰ ਡਿਸਕਸ ਕਰਨੀ ਸੀ। ਪਰ ਉਸ ਗੁਰਦੁਆਰਾ ਸਾਹਿਬ ਦੇ ਬਾਹਰ ਜਿੱਥੇ ਇਕੱਤਰਤਾ ਸੱਦੀ ਗਈ ਸੀ, ਕੁਝ ਸ਼ਰਾਰਤੀ ਬੰਦੇ ਸਿੱਖ ਕਕਾਰ ਪਹਿਣ ਕੇ ਘੁੰਮਦੇ ਜਿਹੜੇ ਨਜ਼ਰ ਆਏ, ਜਿਨ੍ਹਾਂ ਨੂੰ ਸਿੱਖ ਸੰਗਤਾਂ ਨੇ ਜਿਹੜਾ ਸੀ ਮੌਕੇ ਤੇ ਕਾਬੂ ਕੀਤਾ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿ ਉਹਨਾਂ ਨੇ ਸਿੱਖ ਕਕਾਰਾਂ ਨੂੰ ਕਿਰਪਾਨਾਂ ਪਹਿਣ ਕੇ ਕਲੀਨ ਸੇਵ ਬੰਦੇ ਜੇਬ ਵਿੱਚ ਜਰਦੇ ਦੀਆਂ ਕੁੜੀਆਂ ਤੇ ਉਹਨਾਂ ਨੇ ਕਕਾਰਾਂ ਦੀ ਜਿਹੜੀ ਆ ਉਹ ਬੇਅਦਬੀ ਕੀਤੀ ਆ, ਸਿੱਖ ਭਾਵਨਾਵਾਂ ਨੂੰ ਭੜਕਾਉਣ ਦੀ ਸਾਜ਼ਿਸ਼ ਸੀ। ਵੱਡੀ ਘਟਨਾ ਜਿਹੜੀ ਸੀ ਉੱਥੇ ਵਾਪਰ ਸਕਦੀ ਸੀ, ਪਰ ਸਿੱਖ ਸੰਗਤਾਂ ਨੇ ਬੜੇ ਸੰਜਮ ਤੋਂ ਕੰਮ ਲਿਆ, ਜਿਸ ਕਰਕੇ ਵੱਡੀ ਘਟਨਾ ਜਿਹੜੀ ਆ ਵਾਪਰਨ ਤੋਂ ਰੁਕ ਗਈ। ਔਰ ਇਸੇ ਤਰ੍ਹਾਂ ਕੁਝ ਜਿਹੜੇ ਬੰਦੇ, ਕੁਝ ਕਿਸਾਨ ਆਗੂ ਕਹਾਉਂਦੇ ਜਿਹੜੇ ਬੰਦੇ, ਉਹਨਾਂ ਦੇ ਵੱਲੋਂ ਦਸਤਾਰ ਦੇ ਬਾਰੇ ਤੇ ਕੇਸਾਂ ਦੇ ਬਾਰੇ ਜਿਹੜੀ ਆ ਬਹੁਤ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਕਿਸੇ ਪ੍ਰਤੀ। ਮੈਂ ਕਹਿਣਾ ਚਾਹੁੰਦਾ ਵੀ ਕਿਸੇ ਬੰਦੀ ਨਾਲ ਕੋਈ ਲਾਗ ਡਾਟ ਆ, ਤੁਸੀਂ ਉਹਨੂੰ ਕਿਸੇ ਤਰ੍ਹਾਂ ਦਾ ਹੋਰ ਜਿਹੜਾ ਹੈਗਾ ਡਰਾਵਾ ਧਮਕੀ ਜਾਂ ਕਿਸੇ ਤਰ੍ਹਾਂ ਦਾ ਚੈਲੰਜ ਕਰ ਸਕਦੇ ਆ, ਪਰ ਜਿਸ ਨਾਲ ਸਿੱਖ ਭਾਵਨਾਵਾਂ ਭੜਕਦੀਆਂ ਹੋਣ, ਦਾੜੀ ਦਾ ਜ਼ਿਕਰ, ਕੇਸਾਂ ਦਾ ਜ਼ਿਕਰ ਜਾਂ ਦਸਤਾਰ ਦਾ ਜ਼ਿਕਰ ਕਰਨਾ, ਇਹ ਬਿਲਕੁਲ ਵੀ ਜਿਹੜਾ ਹੈਗਾ ਸਿੱਖ ਬਰਦਾਸ਼ਤ ਨਹੀਂ ਕਰਨਗੇ। ਇਹਦੇ ਨਾਲ ਭਾਈਚਾਰਿਆਂ 'ਚ ਤਰੇੜ ਆਉਂਦੀ ਹੈ। ਸਾਰੇ ਲੋਕ, ਚਾਹੇ ਹਿੰਦੂ ਆ, ਮੁਸਲਮਾਨ ਆ, ਈਸਾਈ ਆ, ਬੁੱਧੀ ਆ, ਜੈਨੀ ਆ, ਸਿੱਖ ਹੈ, ਸਾਰੇ ਭਾਈਚਾਰੇ ਦੇ ਨਾਲ ਹਰ ਜਗ੍ਹਾ 'ਤੇ ਰਹਿੰਦੇ ਆ। ਸੋ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਵਰਤਣੀ ਆ, ਉਹ ਮੈਂ ਸਮਝਦਾ ਕਿ ਇਹ ਕੋਝੀ ਕਿਸੇ ਸਾਜ਼ਿਸ਼ ਦਾ ਹਿੱਸਾ ਆ, ਅਤੇ ਇਸ ਦੇ ਉੱਪਰ ਹਰਿਆਣਾ ਸਰਕਾਰ ਨੂੰ, ਹਰਿਆਣਾ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਕਿ ਜਿਹੜੇ ਲੋਕ ਸਿੱਖ ਭਾਵਨਾਵਾਂ ਦੇ ਨਾਲ ਖਿਲਵਾੜ ਕਰ ਰਹੇ ਆ। ਇਸੇ ਤਰ੍ਹਾਂ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਕਿ ਜੋ ਕਿਸਾਨੀ ਸੰਘਰਸ਼ ਦੇ ਦੌਰਾਨ ਹਰਿਆਣਾ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਜਿਹੜੇ ਮੁਕੱਦਮੇ ਦਰਜ ਹੋਏ ਆ, ਉਹਨਾਂ ਮੁਕੱਦਮਿਆਂ ਨੂੰ ਸਰਕਾਰ ਨੂੰ ਰੱਦ ਕਰਨਾ ਚਾਹੀਦਾ। ਜਿਵੇਂ ਪਿਛਲੇ ਦਿਨੀ ਇੰਡੀਆ ਦੇ ਐਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦਾਦੂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਮੇਰੇ ਨਾਲ ਮੁਲਾਕਾਤ ਕਰਨ ਵਾਸਤੇ ਆ ਰਹੇ ਸੀ, ਉਹਨਾਂ ਨੂੰ ਰੋਕਣ ਦਾ ਜਿਹੜਾ ਯਤਨ ਕੀਤਾ ਗਿਆ, ਉਹਨਾਂ ਦੇ ਇਤਰਾਜ਼ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈ ਉਹ ਮੁਕੱਦਮਾ ਦਰਜ ਕੀਤਾ ਗਿਆ ਸੀ। ਪਰ ਕਈ ਵੀਰਾਂ ਨੇ ਜਾਣਕਾਰੀ ਦੀ ਕਮੀ ਹੋਣ ਦੇ ਕਾਰਨ ਬਹੁਤ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਕਿ ਦਾਦੂ ਵਾਲ ਨੇ ਮੁਕੱਦਮਾ ਦਰਜ ਕਰਾਇਆ। ਮੈਂ ਕਹਿਣਾ ਚਾਹੁੰਦਾ, ਨਾ ਮੈਂ ਕੰਪਲੇਂਟ ਕੀਤੀ, ਨਾ ਗੁਰਦੁਆਰਾ ਸਾਹਿਬ ਦੇ ਕਿਸੇ ਸੇਵਾਦਾਰ ਨੇ ਕੰਪਲੇਂਟ ਕੀਤੀ, ਨਾ ਸਾਡੀ ਹਰਿਆਣਾ ਕਮੇਟੀ ਜਾਂ ਜਥੇਬੰਦੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਹੋਈ ਹੈ। ਪਰ ਫਿਰ ਵੀ ਮੈਂ ਕਹਿਣਾ ਚਾਹੁੰਦਾ, ਭਾਵੇਂ ਕਿ ਉਹਨਾਂ ਬੰਦਿਆਂ ਨੇ ਪਿਛਲੇ ਸਮੇਂ ਦੇ ਅੰਦਰ ਸਾਡੇ ਸੇਵਾਦਾਰਾਂ ਤੇ ਮੁਕੱਦਮੇ ਦਰਜ ਕਰਵਾਏ, ਜਿਹੜੇ ਅੱਜ ਵੀ ਡੱਬ ਵਾਲੀ ਕੋਰਟ ਦੇ ਵਿੱਚ ਚੱਲ ਰਹੇ ਆ, ਜਿਹੜੇ ਕਈ ਆਗੂ ਜਿਹੜੇ ਬਿਆਨਬਾਜ਼ੀ ਕਰਦੇ, ਉਹਨਾਂ ਨੂੰ ਜਿਹੜੀ ਜ਼ਮੀਨੀ ਹਕੀਕਤ ਆ ਉਹਦੇ ਤੋਂ ਜ਼ਰੂਰ ਜਾਣੂ ਹੋਣਾ ਚਾਹੀਦਾ। ਜਦੋਂ ਜਥੇਦਾਰ ਗੁਰਬਚਨ ਸਿੰਘ ਸਾਡੇ ਦਾਦੂ ਪਿੰਡ ਇੱਕ ਸਮਾਗਮ ਦੇ ਵਿੱਚ ਹਾਜ਼ਰ ਹੋਣ ਆਇਆ ਸੀ ਦੂਸਰੇ ਗੁਰਦੁਆਰੇ, ਤਾਂ ਉਹ ਸੌਦਾ ਸਾਧ ਨੂੰ ਮਾਫੀਨਾਮੇ ਦਾ ਸੰਗਤਾਂ ਦੇ ਵਿੱਚ ਰੋਸ ਸੀ, ਤਾਂ ਅਸੀਂ ਇੱਕ 50 ਮੈਂਬਰੀ ਵਫਦ ਪਿੰਡ ਦਾ ਜਿਹੜਾ ਦੂਸਰੇ ਗੁਰਦੁਆਰੇ ਜਾ ਕੇ ਉਹਨਾਂ ਦੇ ਜਿਹੜੇ ਪ੍ਰਬੰਧਕ ਉਹਨਾਂ ਨੂੰ ਕਿਹਾ ਕਿ ਭਾਈ ਇਹਨੂੰ ਜਥੇਦਾਰ ਗੁਰਬਚਨ ਸਿੰਘ ਨੂੰ ਇੱਥੇ ਨਾ ਬੁਲਾਓ, ਇੱਥੇ ਵਿਰੋਧ ਹੋਊਗਾ, ਇਹਨੇ ਸੌਦਾ ਸਾਧ ਨੂੰ ਮਾਫੀਨਾਮਾ ਜਾਰੀ ਕੀਤਾ ਵਾ। ਪਰ ਉਸ ਗੁਰਦੁਆਰੇ ਦੇ ਸੇਵਾਦਾਰ ਮੰਨੇ ਨਹੀਂ, ਸੇਵਾਦਾਰਾਂ ਨੇ ਸਿਰਫ ਜਿਹੜੇ ਸੰਗਤਾਂ ਸੀ ਉਹਨਾਂ ਨੇ ਜਥੇਦਾਰ ਦਾ ਵਿਰੋਧ ਕੀਤਾ ਕਾਲੀਆਂ ਝੰਡੀਆਂ ਦਿਖਾ ਕੇ, ਪਰ ਉਸ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਉਹਨਾਂ ਸੰਗਤਾਂ ਸੇਵਾਦਾਰਾਂ ਤੇ ਤਸ਼ੱਦਦ ਕੀਤਾ ਤੇ ਉਲਟਾ ਉਹਨਾਂ ਤੇ ਮੁਕੱਦਮੇ ਦਰਜ ਕਰਾਏ ਜਿਹੜੇ ਅਜੇ ਤੱਕ ਚੱਲ ਰਹੇ ਆ। ਕਿਸੇ ਆਗੂ ਨੇ ਆ ਕੇ ਉਸ ਗੁਰਦੁਆਰੇ ਵੱਲੋਂ ਸਾਡੇ ਗੁਰੂ ਘਰ ਦੇ ਸੇਵਾਦਾਰਾਂ ਤੇ ਦਰਜ ਕਰਾਇਆ ਮੁਕੱਦਮਾ ਤਾਂ ਕੈਂਸਲ ਕਰਵਾਇਆ ਨਹੀਂ, ਰੱਦ ਕਰਵਾਇਆ ਨਹੀਂ। ਉਸੇ ਰੰਜਿਸ਼ ਦੇ ਵਿੱਚ ਉਹਨਾਂ ਬੰਦਿਆਂ ਨੇ ਜਿਸ ਤਰ੍ਹਾਂ ਜਿਹੜਾ ਸੀਗਾ ਇਹ ਵਿਰੋਧ ਕੀਤਾ, ਉਹਨਾਂ ਲੋਕਾਂ ਨੇ ਕੁਝ ਕਿਸਾਨਾਂ ਨੂੰ ਗੁੰਮਰਾਹ ਕਰਕੇ, ਪਰ ਇਸ ਜਿਹੜੀ ਹਕੀਕਤ ਆ, ਜ਼ਮੀਨੀ ਹਕੀਕਤ, ਇਹਦੇ ਤੋਂ ਆਗੂਆਂ ਨੂੰ ਜਾਣੂ ਹੋਣਾ ਚਾਹੀਦਾ। ਮੈਂ ਕਹਿਣਾ ਚਾਹੁੰਦਾ ਕਿ ਭਾਵੇਂ ਉਹਨਾਂ ਲੋਕਾਂ ਨੇ ਸਾਡੇ ਨਾਲ ਜ਼ਿਆਦਤੀ ਕੀਤੀ, ਧੱਕਾ ਕੀਤਾ, ਉਸ ਤਿੰਨ ਚਾਰ ਸਾਲਾਂ ਦੀ ਗੱਲ ਆ, ਇਹ ਮੁਕੱਦਮਾ ਅੱਜ ਵੀ ਕੋਰਟ 'ਚ ਚੱਲ ਰਿਹਾ ਤੇ ਸੇਵਾਦਾਰ ਤਰੀਕਾਂ ਭੁਗਤਦੇ ਆ ਡੱਬ ਵਾਲੀ ਕੋਰਟ ਵਿੱਚ। ਪਰ ਅਸੀਂ ਫਿਰ ਵੀ ਫਰਾਖਦਲੀ ਨਾਲ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਮੁਕੱਦਮਾ ਪ੍ਰਸ਼ਾਸਨ ਦੇ ਵੱਲੋਂ ਵਿਜੇ ਸਾਵਲਾ ਦੇ ਰਸਤੇ ਵਿੱਚ ਰੁਕਾਵਟ ਕਰਕੇ ਦਰਜ ਕੀਤਾ ਗਿਆ, ਉਹਨੂੰ ਰੱਦ ਕਰਨਾ ਚਾਹੀਦਾ। ਸਾਨੂੰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੋਊਗਾ ਜੇਕਰ ਉਹਨੂੰ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੈ ਉਸ ਮੁਕੱਦਮੇ ਨੂੰ ਰੱਦ ਕਰਦਾ, ਕਿਉਂਕਿ ਅਸੀਂ ਬੜੀ ਫਰਾਖਦਲੀ ਦੇ ਨਾਲ ਸੰਗਤਾਂ ਦੇ ਵਿੱਚ ਵਿਚਰਦੇ ਔਰ ਗੁਰੂ ਦੀਆਂ ਸੰਗਤਾਂ ਦੇ ਵਿੱਚ ਸਿੱਖੀ ਪ੍ਰਚਾਰ ਪ੍ਰਸਾਰ ਲਈ ਕੰਮ ਕਰਦੇ। ਪਰ ਆਗੂਆਂ ਨੂੰ ਜ਼ਰੂਰ ਬਿਆਨਬਾਜ਼ੀ ਤੋਂ ਪਹਿਲਾਂ ਜ਼ਮੀਨੀ ਹਕੀਕਤ ਤੋਂ ਜਾਣੂ ਹੋਣਾ ਚਾਹੀਦਾ ਕਿ ਹਾਲਾਤ ਕੀ ਆ, ਵਿਰੋਧ ਕੀ ਆ, ਤੇ ਕਿੰਨਾ ਗੱਲਾਂ ਕਰਕੇ ਜਿਹੜੀਆਂ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ, ਇਹਦੇ ਨਾਲ ਕਿਸਾਨ ਸੰਘਰਸ਼ ਤੇ ਕੀ ਅਸਰ ਪੈ ਰਿਹਾ, ਇਹ ਵੀ ਦੇਖਣਾ ਚਾਹੀਦਾ। ਸੋ ਇਹ ਸੰਗਤਾਂ ਨੂੰ ਮੇਰੀ ਬੇਨਤੀ ਆ, ਭੁੱਲਾਂ ਚੁੱਕਾਂ ਦੀ ਖਿਮਾ। ਔਰ ਮੈਂ ਨਾਲ ਹੀ ਹਰਿਆਣਾ ਸਰਕਾਰ ਨੂੰ ਕਹਿਣਾ ਚਾਹੁੰਦਾ, ਜਿਨ੍ਹਾਂ ਲੋਕਾਂ ਦੇ ਉੱਤੇ ਜਿਹੜੇ ਸਿੱਖ ਭਾਵਨਾਵਾਂ ਨੂੰ ਭੜਕਾ ਰਹੇ ਆ, ਉਹਨਾਂ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ, ਦੂਸਰੇ ਮੁਕੱਦਮੇ ਰੱਦ ਕਰ ਦੇਣੇ ਚਾਹੀਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।